ਦੋਸਤੋ 10ਵੀਂ ਅਤੇ 12ਵੀਂ ਦਾ ਓਪਨ ਸਕੂਲ ਵਿੱਚ ਆਪਾਂ ਐਡਮਿਸ਼ਨ ਕਿਵੇਂ ਫਿਲ ਕਰ ਸਕਦੇ ਹਾਂ ਇਸ ਵੀਡੀਓ ਵਿੱਚ ਇਹ ਗੱਲ ਕਰਾਂਗੇ। ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਦੋਸਤੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਵੀਡੀਓ ਨੂੰ ਲਾਈਕ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋ, ਆਪਾਂ ਸਿੱਧਾ ਮੋਟਿਵ 'ਤੇ ਆਉਂਦੇ ਹਾਂ। ਅਤੇ ਦੋਸਤੋ ਹੁਣ ਕਰਨਾ ਕੀ ਹੈ, ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਦੇ ਬਰਾਊਜ਼ਰ ਵਿੱਚ ਜਾਓਗੇ ਅਤੇ ਉੱਪਰ ਤੁਹਾਨੂੰ 3 ਡੋਟ ਮਿਲ ਜਾਣਗੇ, ਉੱਥੋਂ ਜਾ ਕੇ ਤੁਸੀਂ ਆਪਣਾ ਡੈਸਕਟੋਪ ਵਰਜ਼ਨ ਔਨ ਕਰ ਲਓਗੇ ਅਤੇ ਗੂਗਲ ਵਿੱਚ ਸਰਚ ਕਰੋਗੇ ਓਪਨ ਸਕੂਲ PSEV.gov.in। ਜਿਸ ਤਰ੍ਹਾਂ ਇਹ ਮੈਂ ਸਾਹਮਣੇ ਤੁਹਾਡੇ ਓਪਨ ਹੈ ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਓਪਨ ਸਕੂਲ PSEV 'ਤੇ ਆਪਾਂ ਕਲਿੱਕ ਕਰਨਾ ਹੈ। ਕਲਿੱਕ ਕਰਨ ਤੋਂ ਬਾਅਦ ਇਹਨਾਂ ਦੀ ਆਫੀਸ਼ੀਅਲ ਸਾਈਟ ਇਸ ਤਰ੍ਹਾਂ ਤੁਹਾਡੇ ਸਾਹਮਣੇ ਓਪਨ ਆ ਜਾਏਗੀ ਅਤੇ ਇੱਥੇ ਸਾਰੀ ਡਿਟੇਲ ਤੁਹਾਨੂੰ ਮਿਲ ਜਾਏਗੀ। ਸਭ ਤੋਂ ਪਹਿਲਾਂ ਜੇ ਤੁਸੀਂ ਆਪਣੇ ਸੈਂਟਰ ਜਿਹੜੇ ਏਰੀਏ ਵਿੱਚ ਤੁਸੀਂ ਰਹਿੰਦੇ ਹੋ ਉੱਥੇ ਸੈਂਟਰ ਚੈੱਕ ਕਰਨਾ, ਜਿਹੜੇ ਵੀ ਸਕੂਲ ਵਿੱਚ ਤੁਸੀਂ ਫਿਲ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਾਂ ਫਸਟ ਲਿੰਕ 'ਤੇ ਕਲਿੱਕ ਕਰਾਂਗੇ। ਕਲਿੱਕ ਕਰਨ ਤੋਂ ਬਾਅਦ ਆਪਾਂ ਇੱਥੇ ਆਪਣਾ ਡਿਸਟ੍ਰਿਕਟ ਸਿਲੈਕਟ ਕਰ ਸਕਦੇ। ਇਗਜ਼ਾਮਪਲ ਦੇ ਤੌਰ 'ਤੇ ਮੈਂ ਬਠਿੰਡੇ ਤੋਂ ਹਾਂ ਅਤੇ ਮੈਂ ਬਠਿੰਡੇ ਨੂੰ ਸਿਲੈਕਟ ਕਰ ਲਵਾਂਗਾ ਅਤੇ ਸਰਚ ਕਰ ਦਾਂਗਾ। ਅਤੇ ਹੁਣ ਤੁਸੀਂ ਦੇਖ ਸਕਦੇ ਹੋ ਦੋਸਤੋ ਬਠਿੰਡੇ ਏਰੀਏ ਦੇ ਜਿੱਥੇ ਵੀ ਓਪਨ ਸਕੂਲ ਦੇ ਐਡਮਿਸ਼ਨ ਹੁੰਦੇ ਨੇ, ਮਤਲਬ ਇਗਜ਼ਾਮ ਦਿੰਦੇ ਨੇ, ਉਹ ਸਾਰੀ ਆਪਾਂ ਨੂੰ ਡਿਟੇਲ ਇੱਥੇ ਮਿਲ ਜਾਵੇ ਕਿਹੜੇ ਕਿਹੜੇ ਸਕੂਲ ਨੇ ਕਿ ਓਪਨ ਸਕੂਲ ਦੇ ਜਿਹੜੇ ਇਗਜ਼ਾਮ ਕਰਵਾਉਂਦੇ ਨੇ। ਕਿਉਂਕਿ ਦੋਸਤੋ ਇਹਨਾਂ ਵਿੱਚ ਜਿਹੜਾ ਤੁਹਾਨੂੰ ਨੇੜੇ ਦਾ ਲੱਗਦਾ ਉੱਥੇ ਆਪਾਂ ਇਸਦਾ ਇਹ ਕੋਡ ਆਪਾਂ ਯਾਦ ਕਰ ਲਵਾਂਗੇ। ਸੈਂਟਰ ਕੋਡ ਹੁੰਦਾ ਅਤੇ ਫੋਰਮ ਨੂੰ ਫਿਲ ਕਰਨ ਲਈ ਆਪਾਂ ਨੂੰ ਇਹਨਾਂ ਸੈਂਟਰ ਕੋਡ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਪੂਰੀ ਡਿਟੇਲ ਦੇਖਣਾ ਚਾਹੁੰਦੇ ਹੋ ਓਪਨ ਐਡਮਿਸ਼ਨ ਲਈ ਕਿਹੜੇ ਕਿਹੜੇ ਦਸਤਾਵੇਜ਼ ਦੀ ਜ਼ਰੂਰਤ ਹੁੰਦੀ ਹੈ, ਕਿੰਨੀ ਫੀਸ ਹੁੰਦੀ ਹੈ ਅਤੇ ਕੀ ਇਸਦਾ ਇਗਜ਼ਾਮ ਪੈਟਰਨ ਹੁੰਦਾ ਹੈ, ਕੀ ਸਿਲੇਬਸ ਹੁੰਦਾ ਹੈ, ਤਾਂ ਆਪਾਂ ਨੀਚੇ ਵਾਲੇ ਆਪਸ਼ਨ 'ਤੇ ਕਲਿੱਕ ਕਰਾਂਗੇ ਅਤੇ ਇਹ ਇਹਨਾਂ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਓਪਨ ਹੋ ਜਾਂਦਾ ਅਤੇ ਇਸ ਨੋਟੀਫਿਕੇਸ਼ਨ ਵਿੱਚ ਆਪਾਂ ਨੂੰ ਪੂਰੀ ਡਿਟੇਲ ਮਿਲ ਜਾਂਦੀ ਹੈ ਕਿ ਇਸਦੀ ਫੀਸ ਹੈ, ਕਿਹੜਾ ਦਸਤਾਵੇਜ਼ ਆਪਾਂ ਨੂੰ ਚਾਹੀਦਾ ਹੈ ਅਤੇ ਕਿੰਨਾ ਸਮਾਂ ਹੈ ਦਾਖਲੇ ਲਈ, ਕੀ ਯੋਗਤਾ ਹੈ, ਇੱਥੇ ਆਪਾਂ ਚੈੱਕ ਕਰ ਸਕਦੇ। ਦੋਸਤੋ ਇੱਕ ਵਾਰੀ ਤੁਸੀਂ ਚੰਗੀ ਤਰ੍ਹਾਂ ਰੀਡ ਕਰ ਲਿਓ, ਕਿਉਂਕਿ ਜੇ ਮੈਂ ਸਾਰਾ ਰੀਡ ਕਰਕੇ ਤੁਹਾਨੂੰ ਪੜ੍ਹਾਵਾਂਗਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਅਤੇ ਤੁਹਾਨੂੰ ਬੋਰਿੰਗ ਲੱਗਣ ਲੱਗ ਜਾਏਗੀ। ਅਤੇ ਦੋਸਤੋ ਹੁਣ ਸਿੰਪਲ ਜੀ ਗੱਲ ਕਰਦੇ ਆਪਾਂ ਅਪਲਾਈ ਕਿਵੇਂ ਕਰਨਾ। ਇੱਥੇ ਤੁਹਾਨੂੰ ਆਪਸ਼ਨ ਦਿਖ ਰਿਹਾ ਔਨਲਾਈਨ ਫੋਰਮਸ ਦਾ, ਇਸ 'ਤੇ ਆਪਾਂ ਕਲਿੱਕ ਕਰਾਂਗੇ ਅਤੇ ਇੱਥੇ ਆਪਾਂ ਕੋਲ ਆਪਸ਼ਨ ਆ ਜਾਂਦਾ ਹੈ ਰਜਿਸਟਰ ਕਰਨ ਦਾ। ਬਟ ਦੋਸਤੋ ਹਾਲੇ ਇਹਨਾਂ ਦੀ ਡੇਟ ਇਸ਼ੂ ਨਹੀਂ ਹੋਈ ਹੈ, ਮਤਲਬ ਐਡਮਿਸ਼ਨ ਓਪਨ ਨਹੀਂ ਹੋਏ ਨੇ, ਇਸ ਕਰਕੇ ਮੈਂ ਤੁਹਾਨੂੰ ਔਨਲਾਈਨ ਅਪਲਾਈ ਕਰਕੇ ਨਹੀਂ ਦਿਖਾ ਸਕਦਾ। ਜਿਵੇਂ ਹੀ ਐਡਮਿਸ਼ਨ ਦੀ ਡੇਟ ਓਪਨ ਹੁੰਦੀ ਹੈ ਮੈਂ ਇੱਕ ਪਾਰਟ ਹੋਰ ਵੀਡੀਓ ਦਾ ਬਣਾ ਦਿਆਂਗਾ ਅਤੇ ਤੁਸੀਂ ਔਨਲਾਈਨ ਬੈਠੇ ਅਪਲਾਈ ਕਰ ਸਕਦੇ ਹੋ ਮੋਬਾਈਲ 'ਤੇ ਵੀ ਜਿਸ ਨੂੰ ਦੇਖ ਕੇ। ਐਂਡ ਦੋਸਤੋ ਇੱਕ ਇਨਫੋਰਮੇਸ਼ਨ ਹੋਰ ਦੇਣਾ ਚਾਹੁੰਦਾ, ਜੇ ਤੁਸੀਂ ਘਰ ਬੈਠੇ ਆਰਾਮ ਨਾਲ ਵੀਡੀਓਜ਼ ਅਪਲੋਡ ਕਰਕੇ ਯੂਟਿਊਬ 'ਤੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਯੂਟਿਊਬ 'ਤੇ ਪੈਸਾ ਕਿਵੇਂ ਕਮਾਉਣਾ ਹੈ, ਵੀਡੀਓ ਅਪਲੋਡ ਕਰਕੇ ਇਸ ਰਿਲੇਟਡ ਮੈਂ ਵੀਡੀਓ ਪਾਉਂਦਾ ਰਹਿੰਦਾ ਤਾਂ ਜੋ ਤੁਹਾਨੂੰ ਘਰ ਬੈਠੇ ਇਨਕਮ ਬਣ ਸਕੇ।